एक चोर दे वल्लों बड़े ही शातर ढंग दे नाल एक अध्यापक दे घर चोरी की गई। चोर इत्थों 35,009 तोले सोना चांदी लैके फरार हो गया। तस्वीरां फतेहगढ़ साहब के पिंड सलाना तो सामने आई ने, जिथे कंप्यूटर अध्यापक गुरजीत सिंह दे घर चोरी की घटना हुई। एक चोर चुप चुपीते ताले तोड़ के घर दे विच दाखल होया, 35,000 सोना चांदी लैके दबे पैरी उत्थों फरार हो गया। अध्यापक के मुताबिक वह अपनी पत्नी के नाल गुआंढ दे विच रहिंदी भूआ दे नाल मोटर ते गए सी। जदों अद्धे घंटे बाद वापस परते कि उन्हां दे घर दे अंदर दा दरवाज़ा खुला पिया सी अते अलमारी विच 35,000 दी नकदी 9 तोले सोना चांदी गायब होए सन। इस बारे उन्होंने पुलिस नूं जानकारी दे दित्ती। सो फतेहगढ़ साहिब दा पिंड है सलाना, जिथे चोर दे वल्लों चोरी की घटना नूं अंजाम दिता गया। CCTV दे विच नज़र भी आ रहा किस तरीके दे नाल आला दुआला देखण तों बाद घर दे विच दाखल हुंदा। हाँ जी भाजी, की नाम है तुहाडा? हाँ सर, मेरा नाम है गुरजीत सिंह। की हादसा होया जिहड़ा हैगा तुहाडे घरे? सर कल 11:52 ते मैं, मेरी वाइफ ते साडे गुआंढी ने, साडे भूआ जी, उहनां दी मोटर ते गए हां असीं, ते उह तों बाद असीं 11:40 ते वापस आ गए। 11:40 ते जदों असीं वापस आए ਤਾਂ ਅਸੀਂ ਆਪਣਾ ਲੌਕ ਖੋਲ੍ਹਿਆ ਅਤੇ 12:40 ਤੇ ਜੀ ਅਸੀਂ ਵਾਪਸ ਆਏ ਹਾਂ। ਅਤੇ ਉਹ ਤੋਂ ਬਾਅਦ ਜਦੋਂ ਅਸੀਂ ਆ ਕੇ ਦੇਖਿਆ, ਮੇਰੇ ਵਾਈਫ ਨੇ ਦੱਸਿਆ ਕਿ ਆਪਣਾ ਤਾਂ ਅੰਦਰ ਵਾਲਾ ਗੇਟ ਖੁੱਲ੍ਹਾ ਹੈ, ਅਤੇ ਵੀ ਪਤਾ ਲਾ ਕੇ ਗਏ ਸੀ। ਜਦੋਂ ਮੈਂ ਆ ਕੇ ਦੇਖਿਆ ਤਾਂ ਅੰਦਰ ਸਾਡਾ ਜਿਹੜਾ ਲੌਕ ਸੀ ਉਹ ਟੁੱਟਿਆ ਪਿਆ ਸੀ, ਅਤੇ ਉਹ ਤੋਂ ਬਾਅਦ ਅੰਦਰ ਰੂਮ ਦੇ ਵਿੱਚ ਸਾਡੇ ਜੋ ਅਲਮਾਰੀ ਦਾ ਲੌਕਰ ਆ ਉਹ ਵੀ ਖੁੱਲ੍ਹਾ ਸੀਗਾ ਜੀ। ਉਹਦੀ ਚਾਬੀ ਆ ਜਿਹੜੀ ਉੱਥੇ ਕੱਪੜਿਆਂ ਦੇ ਵਿੱਚ ਰੱਖੀ ਹੋਈ ਸੀ, ਅਤੇ ਉਹਨੇ ਉੱਥੋਂ ਚੋਰ ਨੇ ਚਾਬੀ ਚੱਕ ਕੇ, ਸਾਰੇ ਗਹਿਣੇ ਸੀਗੇ ਅਤੇ ਤਕਰੀਬਨ 35,000 ਦੇ ਕਰੀਬ ਕੈਸ਼ ਸੀਗਾ, ਅਤੇ ਤਕਰੀਬਨ 8-9 ਤੋਲੇ ਸੋਨਾ ਸੀਗਾ ਜਿਹੜਾ ਉਹ ਲੈ ਕੇ ਇੱਥੋਂ ਅੱਧੇ ਘੰਟੇ ਦੇ ਵਿੱਚ ਵਿੱਚ ਚਲੇ ਗਿਆ ਜੀ। ਕਿੰਨੇ ਕੁ ਦਾ ਤੁਹਾਡਾ? ਤਕਰੀਬਨ ਸਾਡਾ ਜਿਹੜਾ ਕੈਸ਼ ਮਿਲਾ ਕੇ 7-8 ਲੱਖ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਜੀ। ਅਤੇ ਕੋਈ ਸਾਹਮਣੇ ਆਇਆ ਕੁਛ ਸ਼ੱਕ ਹੋਵੇ ਕਿਸੇ 'ਤੇ? ਕੋਈ ਨਹੀਂ, ਸ਼ੱਕ ਨਹੀਂ। ਅਸੀਂ ਤਕਰੀਬਨ ਕੱਲ੍ਹ ਸਾਰਾ ਦਿਨ CCTV ਕੈਮਰੇ ਨੇ ਜਿਹੜੇ ਉਹ ਘੰਘੋਲੇ ਨੇ ਪੂਰੇ ਪਿੰਡ ਦੇ ਵਿੱਚੋਂ, ਤਾਂ ਉਹਦੇ ਵਿੱਚ ਸਾਨੂੰ ਇੱਕ ਬੰਦਾ ਟਰੈਸ ਆਊਟ ਹੋਇਆ ਸੀ, ਪਰ ਉਹਦੀ ਜਿਹੜੀ ਨੰਬਰ ਪਲੇਟ ਆ ਉਹ ਵੀ ਉਹਨੇ ਜਾਲੀ ਲਗਵਾਈ ਹੋਈ ਸੀ ਜੀ, ਅਤੇ ਫੇਸ ਉਹਦਾ ਪ੍ਰੋਪਰ ਕਲੀਅਰ ਨਹੀਂ ਹੋਇਆ। ਅਤੇ ਉਹ ਅਸੀਂ ਜਿਹੜਾ ਆਪਣੇ SHO ਅਮਲੋਹ ਆ ਜੀ, ਉਹਨਾਂ ਨੂੰ ਉਹਦੀ ਕਾਪੀ ਆ ਜਿਹੜੀ ਉਹ ਦੇ ਦਿੱਤੀ ਆ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਛੇਤੀ ਇਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਜੀ। ਤੁਸੀਂ ਕੀ ਕੰਮ ਕੀ ਕਰਦੇ? ਮੈਂ ਜੀ ਆਪਣੇ ਭੜੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੜੀ ਵਿਖੇ ਕੰਪਿਊਟਰ ਟੀਚਰ ਹਾਂ। ਅਤੇ ਇਸ ਸੰਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ? ਪੁਲਿਸ ਆਈ ਹੈ, ਕੁਛ ਕਾਰਵਾਈ ਕੀਤੀ ਗਈ ਇਸ ਸੰਬੰਧੀ? ਪੁਲਿਸ ਵੱਲੋਂ ਆਏ ਤੇ ਜੀ, ਉਹਨਾਂ ਨੇ ਕੁਛ ਇੱਕ ਘਰ ਦੇ ਵਿੱਚ ਜਾ ਕੇ ਉਹ CCTV ਕੈਮਰਾ ਉਹਦੇ ਖੰਗੋਲੇ ਨੇ ਉਹਦੇ ਵਿੱਚ ਉਹਨਾਂ ਨੇ, ਅਤੇ ਉਹ ਤੋਂ ਬਾਅਦ ਹੁਣ ਅਸੀਂ ਅੱਜ ਦੁਬਾਰਾ ਉਹਨਾਂ ਕੋਲ ਗਏ ਸੀ, ਅਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਡੰਪ ਆ ਇਹ ਡੰਪ ਕੋਈ ਹੁੰਦਾ ਜੀ ਆਪਣਾ ਇਹਨਾਂ ਦਾ, ਅਤੇ ਉਹ ਕੱਲ੍ਹ ਨੂੰ ਬੰਦਾ ਲੈ ਕੇ ਆਵਾਂਗੇ ਅਤੇ ਇੱਥੋਂ ਕਲੈਕਟ ਕਰਾਂਗੇ, ਜਿਸ ਦੇ ਨਾਲ ਅਸੀਂ ਉਹਦੀ ਕਾਲ ਆ ਜਿਹੜੀ ਰਿਕਾਰਡ ਉਹ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਮੰਨਦੇ ਹੋ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਜਿਹੜੀ ਚੋਰੀ? ਇਹ ਤਾਂ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਜੀ, ਯਾਨੀ ਕਿ ਆਪਣੇ ਵੀ ਪੰਜਾਬ ਦਾ ਬੁਰਾ ਹਾਲ ਹੀ ਹੋ ਰਿਹਾ। ਦਿਨ ਦਿਹਾੜੇ ਜਿਹੜੀ ਨਹੀਂ, ਅੱਗੇ ਤਾਂ ਰਾਤ ਨੂੰ ਚੋਰੀਆਂ ਹੁੰਦੀਆਂ ਸੀ, ਹੁਣ ਤੁਸੀਂ ਦੇਖੋ ਦਿਨ ਦਿਹਾੜੇ। ਅਸੀਂ ਅੱਧੇ ਘੰਟੇ ਦੇ ਵਿੱਚ ਜਿਹੜਾ ਵਾਪਸ ਆ ਗਏ ਸੀ, ਤਾਂ ਉਹ ਅੱਧੇ ਘੰਟੇ ਤੋਂ ਵੀ ਘੱਟ ਸਮਾਂ ਲੈ ਕੇ ਇੱਥੋਂ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਬੰਦਾ। ਹੁਣ ਕੀ ਮੰਗ ਕੀ ਕਰਦੇ ਹੋ? ਮੰਗ ਅਸੀਂ ਇਹੀ ਕਰਦੇ ਹਾਂ, ਜਲਦੀ ਤੋਂ ਜਲਦੀ ਹੈ ਜਿਹੜਾ ਉਹ ਚੋਰ ਨੂੰ ਫੜਿਆ ਜਾਵੇ, ਅਤੇ ਸਾਡੀ ਜਿਹੜੀ ਹੱਕ ਹਲਾਲ ਦੀ ਕਮਾਈ ਨਾਲ ਕਮਾਇਆ ਗਿਆ ਜਿਹੜੇ ਗਹਿਣੇ ਨੇ ਜਾਂ ਕਮਾਈ ਆ ਉਹ ਸਾਨੂੰ ਵਾਪਸ ਦਵਾਈ ਜਾਵੇ।